ਮੋਹਾਲੀ ਪੁਲਿਸ ਵੱਲੋਂ ਇੱਕ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਜਿਹਦੇ ਵਿੱਚ ਕਈ ਮੋਟਰਸਾਈਕਲ, ਚੋਰੀ ਦੀ ਮੋਟਰਸਾਈਕਲ, ਮੋਬਾਈਲ ਫੋਨਸ ਰਿਕਵਰ ਕੀਤੇ ਗਏ ਹੈ, ਜਿਹਦੇ ਵਿੱਚ 12 ਦੱਸਿਆ ਜਾ ਰਿਹਾ ਕਿ 12 ਜਿਹੜੇ ਲੋਕ ਨੇ ਉਹਨਾਂ ਨੂੰ ਕਾਬੂ ਕੀਤਾ ਅਤੇ ਪੁੱਛਗਿੱਛ 'ਚ ਕਈ ਵੱਡੇ ਖੁਲਾਸੇ ਹੋ ਰਹੇ ਨੇ। ਇਹ ਜਿਹੜੀ ਬਾਈਕ ਹੈ ਇਹ ਇਸੇ ਜ਼ਿਲ੍ਹੇ ਦੇ ਵਿੱਚ ਚੋਰੀ ਕਰਦੇ ਸੀ ਰਾਤ ਨੂੰ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ, ਉਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਸੀ। ਹਾਲਾਂਕਿ ਕਿਸ ਤਰ੍ਹਾਂ ਦੀ ਮੋਡਸ ਓਪਰੈਂਡੀ ਹੁੰਦੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਸੀਨੀਅਰ ਆਫਿਸਰ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। DSP ਮੋਹਿਤ ਅਗਰਵਾਲ ਨੇ, SHO ਇੱਕ ਫੇਸ ਨੇ। ਸਰ, ਇਹ ਵੱਡਾ ਗਿਰੋਹ ਜਿਹੜਾ ਕਾਮਯਾਬੀ ਹਾਸਿਲ ਕੀਤੀ ਹੈ, ਇਨਵੈਸਟੀਗੇਸ਼ਨ 'ਚ ਕੀ ਆਇਆ ਸੀਗਾ ਅਤੇ ਰਿਕਵਰੀ ਕੀ ਹੈ? ਬੇਸਿਕਲੀ ਜੀ, ਜਿਸ ਤਰ੍ਹਾਂ ਮੋਹਾਲੀ ਦੇ ਵਿੱਚ ਰੀਸੈਂਟਲੀ ਚੋਰੀ ਦੀਆਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਦਾ ਜਿਹੜਾ ਹੈਗਾ ਆ ਰਹੀਆਂ ਸੀ ਸਾਹਮਣੇ, ਇਹਦੇ ਤਹਿਤ ਜਿਹੜਾ ਹੈਗਾ SSP ਸ਼੍ਰੀ ਦੀਪਕ ਪਾਰਕ ਜੀ ਵੱਲੋਂ ਅਤੇ SP City ਸ਼੍ਰੀ ਹਰਬੀਰ ਅਟਵਾਲ ਜੀ ਵੱਲੋਂ ਇੱਕ ਇਹਦੇ 'ਤੇ ਮੁਹਿੰਮ ਸਾਡੀ ਚਲਾਈ ਗਈ ਸੀ, ਜਿਹਦੇ ਵਿੱਚ ਮੇਰੇ ਵੱਲੋਂ ਆਪਣੇ ਦੋਨਾਂ ਥਾਣਿਆਂ ਦੇ ਨਾਲ ਮਟੌਰ ਅਤੇ ਜਿਹੜਾ ਹੈਗਾ ਨਿਆਗਾਓਂ, ਮਟੌਰ ਅਤੇ ਫਿਜ਼ਿਕ, ਇਹ ਦੋਨੋਂ ਥਾਣਿਆਂ ਦੇ ਨਾਲ ਜਿਹੜਾ ਹੈਗਾ ਸੀ ਸ਼ਹਿਰ ਦੇ ਵਿੱਚ ਇੱਕ ਜਿਹੜਾ ਹੈ ਇਹਨਾਂ ਨੂੰ ਨੈਬ ਕਰਨ ਦੀ ਅਤੇ ਇਹਨਾਂ ਮੁਕੱਦਮਿਆਂ ਨੂੰ ਟਰੇਸ ਕਰਨ ਦੀ ਮੁਹਿੰਮ ਚਲਾਈ ਸੀ। ਉਹਦੇ ਵਿੱਚ ਕਾਰਵਾਈ ਕਰਦਿਆਂ ਸਾਨੂੰ 5 ਮੁਕੱਦਮੇ ਜਿਹੜੇ ਹੈਗੇ ਨੇ ਅਸੀਂ ਜਿਹੜੇ ਹੈਗੇ ਵੱਖੋ ਵੱਖਰੇ ਸੀਗੇ, ਲੌਜ ਕੀਤੇ ਗਏ ਅਤੇ ਉਹਦੇ ਵਿੱਚ ਜਿਹੜੇ ਸਾਨੂੰ ਅਸੀਂ ਰਿਕਵਰੀਆਂ ਕੀਤੀਆਂ ਨੇ ਜੀ। ਇਹਦੇ ਵਿੱਚ ਜਿਹੜੇ 5 ਮੁਕੱਦਮੇ ਨੇ, ਇਹਨਾਂ 'ਚੋਂ 4 ਮੁਕੱਦਮੇ ਜਿਹੜੇ ਹੈਗੇ ਨੇ ਮਟੌਰ ਥਾਣੇ ਦੇ ਵਿੱਚ ਸੀਗੇ, ਜਿਹਦੇ ਵਿੱਚੋਂ ਇੱਕ ਜ਼ੋਮੈਟੋ ਜਿਹੜਾ ਹੈਗਾ ਉਹਦਾ ਇੱਕ ਜੋ ਡਰਾਈਵਰ ਸੀਗਾ ਆਪਣਾ ਜਾਂਦਾ ਹੈ ਉਹਦੇ 'ਚ ਡਿਲੀਵਰੀ ਬੋਆਏ ਹੈ, ਉਹਦਾ ਬਾਈਕ ਅਤੇ ਉਹਦਾ ਫੋਨ ਵੀ ਸਨੈਚ ਹੋਇਆ ਸੀਗਾ, ਉਹ ਮੁਕੱਦਮਾ ਵੀ ਇਹਦੇ ਵਿੱਚ ਟਰੇਸ ਹੋਇਆ ਜੀ। ਇਹਦੇ ਨਾਲ ਹੀ ਇੱਕ ਲੇਡੀ ਦਾ ਪਰਸ ਖੋਇਆ ਗਿਆ ਸੀ, ਸਨੈਚ ਹੋਇਆ ਸੀਗਾ, ਉਹ ਟਰੇਸ ਹੋਇਆ ਜੀ। ਇਹਦੇ ਨਾਲ ਹੀ ਕਈ ਜਿਹੜੇ ਵਹੀਕਲ ਜੋ ਸੀਗੇ, 1-2 ਮੋਟਰਸਾਈਕਲ ਅਲੱਗ ਅਲੱਗ ਥਾਵਾਂ ਤੋਂ ਚੋਰੀ ਸੀਗੇ, ਉਹ ਜਿਹੜੇ ਹੈਗੇ ਨੇ ਕਰੈਕਡਾਊਨ ਹੋਇਆ ਉਹਦੇ 'ਤੇ। ਇਸੇ ਤਰੀਕੇ ਦੇ ਨਾਲ ਫਿਜ਼ਿਕ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਜਿਹਦੇ ਵਿੱਚ 5 ਦੋਸ਼ੀਆਂ ਦਾ ਜਿਹੜਾ ਹੈਗਾ ਗੈਂਗ ਫੜਿਆ ਗਿਆ, ਜਿਹਦੇ ਵਿੱਚੋਂ 10 ਮੋਟਰਸਾਈਕਲ ਅਤੇ 8 ਮੋਟਰਸਾਈਕਲ ਨੇ, 2 ਐਕਟਿਵਾ ਅਤੇ ਪਲੱਸ ਉਹਦੇ ਨਾਲ ਨਾਲ ਜਿਹੜਾ ਹੈਗਾ 6 ਮੋਬਾਈਲ ਫੋਨ ਜਿਹੜੇ ਹੈਗੇ ਨੇ ਸਾਨੂੰ ਉਹਦੇ 'ਚ ਬਰਾਮਦ ਹੋਏ। ਤਾਂ ਕੁੱਲ ਮਿਲਾ ਕੇ ਸਾਨੂੰ 15 ਮੋਟਰਸਾਈਕਲ, 12 ਮੋਬਾਈਲ ਫੋਨ, 1 ਲੇਡੀਜ਼ ਦਾ ਪਰਸ ਇਹ ਬਰਾਮਦ ਹੋਏ ਨੇ, ਜਿਹਦੇ ਵਿੱਚ ਅਸੀਂ 12 ਦੋਸ਼ੀ ਕੁੱਲ ਗ੍ਰਿਫਤਾਰ ਕੀਤੇ ਨੇ। ਸਰ, ਮੋਟਰ ਸੋਬਰੰਡੀ ਕੀ ਹੁੰਦੀ ਸੀ, ਕਿਸ ਤਰ੍ਹਾਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਅਤੇ ਫਿਰ ਕਰਦੇ ਕੀ ਸੀ? ਜ਼ਿਆਦਾਤਰ ਇਹਨਾਂ ਦਾ ਇਹ ਰਹਿੰਦਾ ਸੀਗਾ ਜੀ ਵੀ ਜੋ ਵੀ ਵਲਨਰੇਬਲ ਹੈਗਾ ਪੁਆਇੰਟ ਹੈ, ਚਾਹੇ ਪਰਸਨ ਹੈ, ਅਤੇ ਉਦੋਂ ਇਹ ਅਟੈਕ ਕਰਦੇ ਸੀਗੇ। ਮੋਟਰਸਾਈਕਲ ਜਿੱਥੇ ਅਬੰਡਨ ਪਲੇਸ ਇਹਨਾਂ ਨੂੰ ਲੱਗਦਾ ਕਿ ਸੁੰਨਸਾਨ ਖੜਾ ਹੈ ਤਾਂ ਉੱਥੋਂ ਉਹਨੂੰ ਚੋਰੀ, ਸਨੈਚਿੰਗ ਉੱਥੋਂ ਜਿੱਥੇ ਇਹਨਾਂ ਨੂੰ ਲੱਗਦਾ ਕਿ ਈਜ਼ੀ ਟਾਰਗੇਟ ਹੈ ਅਤੇ ਉੱਥੋਂ ਜਿਹੜਾ ਹੈਗਾ ਅਤੇ ਕੋਈ ਆਸੇ ਪਾਸੇ ਨਹੀਂ ਹੈ, ਕੋਈ ਅੜਚਨ ਨਹੀਂ ਆਊਗੀ, ਉਸ ਅਕੋਰਡਿੰਗਲੀ ਇਹ ਉਹਨੂੰ ਸਨੈਚ ਕਰਦੇ ਸੀਗੇ। ਜਾਂ ਫਿਰ ਜਿੱਥੇ ਬਾਈਕ ਸਨੈਚ ਹੋਇਆ ਉਹ ਵੀ ਇਹ ਦੇਖਦੇ ਸੀ ਸੁੰਨਸਾਨ ਏਰੀਆ 'ਤੇ ਅਸੀਂ ਕਵਰ ਕਰ ਸਕਦੇ ਤਾਂ ਉੱਥੇ ਉਹ ਕੰਮ ਹੁੰਦਾ। ਠੀਕ ਹੈ ਸਰ, ਇਹ ਪੂਰਾ ਗਰੋਹ ਕਾਫੀ ਪਹਿਲਾਂ ਤੋਂ ਵੀ ਐਕਟਿਵ ਹੈ, ਪ੍ਰੋਫਾਈਲ ਕੀ ਇਹਨਾਂ ਦੀ, ਕ੍ਰਿਮੀਨਲ ਬੈਕਗ੍ਰਾਊਂਡ ਸਾਹਮਣੇ? ਇਹਨਾਂ 'ਚੋਂ ਕਈ ਦੋਸ਼ੀਆਂ ਦੇ ਉੱਤੇ ਜੀ ਪਹਿਲਾਂ ਵੀ ਪਰਚੇ ਨੇ ਅਤੇ 2022 ਦੇ ਵੀ ਨੇ, 23 ਦੇ ਵਿੱਚ ਵੀ FIR ਹੈਗੀਆਂ ਕਈ ਦੋਸ਼ੀਆਂ ਦੇ ਉੱਤੇ, ਤੋ ਇਸ ਤਰੀਕੇ ਦੇ ਨਾਲ ਇਹ ਪਹਿਲਾਂ ਤੋਂ ਵੀ ਇਹ ਇਹਨਾਂ ਵਾਰਦਾਤਾਂ ਦੇ ਵਿੱਚ ਇਨਵੋਲਵ ਨੇ। ਅਤੇ ਸਰ, ਇਹ ਬਾਈਕਾਂ ਜਿਹੜੀ ਰਿਕਵਰ ਕੀਤੀ ਗਈਆਂ ਇਹ ਕਿੱਥੋਂ ਕਿੱਥੋਂ ਜਿਹੜੀ ਹੈਗੀ ਤੁਸੀਂ ਹਜੇ ਤਾਂ ਇਹਨਾਂ ਦੇ ਕਬਜ਼ੇ ਤੋਂ ਹੀ ਜਿਹੜੀਆਂ ਸੀਗੀਆਂ ਉਹਨਾਂ ਤੋਂ ਰਿਕਵਰ ਕੀਤੀਆਂ ਨੇ ਜੀ। ਹੁਣ ਅਸੀਂ ਇਹਨਾਂ ਦਾ ਇੰਜਨ ਨੰਬਰ 86 ਨੰਬਰ ਲੈ ਕੇ ਐਂਡ ਮੋਬਾਈਲ ਫੋਨ ਦੇ ਵੀ IMEIs ਵਗੈਰਾ ਤੋਂ ਉਹ ਸਾਰਾ ਅਸੀਂ ਜਿਹੜਾ ਹੈਗਾ ਇਹ ਸਾਰਾ ਕਰ ਰਹੇ ਹਾਂ ਸਰਚ ਆਊਟ, ਅਤੇ ਉਹਦੇ ਨਾਲ ਇਹ ਵੀ ਕਲੀਅਰ ਹੋ ਜਾਏਗਾ ਕਿ ਇਹ ਵਾਰਦਾਤਾਂ, ਬਾਕੀ ਜਿਹੜੇ ਕੁਛ ਤਾਂ ਸਾਨੂੰ ਪਤਾ ਲੱਗ ਚੁੱਕਾ ਸਾਡੇ ਮੁਕੱਦਮਿਆਂ ਦੇ ਵਿੱਚ ਹੈਗੇ ਨੇ, ਕੁਝ ਉਦੋਂ ਇਲਾਵਾ ਵੀ ਮੋਬਾਈਲ ਅਤੇ ਜਿਹੜੇ ਹੈਗੇ ਨੇ ਮੈਜੋਰਿਟੀ ਦੇ ਵਿੱਚ ਬਾਈਕ ਜਿਹੜੇ ਹੈਗੇ ਨੇ ਅਤੇ ਮੋਬਾਈਲ, ਉਸ ਤੋਂ ਬਾਅਦ ਵੀ ਨੇ, ਤਾਂ ਉਹਨਾਂ ਸਾਰਿਆਂ ਦਾ ਅਸੀਂ ਜਿਹੜਾ ਹੈਗਾ ਡਾਟਾ ਏਜੰਸੀ ਨਾਲ ਟਾਈ ਅਪ ਕਰਕੇ ਉਹ ਅਸੀਂ ਕਢਾਵਾਂਗੇ। ਉਹ ਕਢਵਾ ਕੇ ਫਿਰ ਦੇਖਾਂਗੇ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਵਾਰਦਾਤ ਹੋਈ ਸੀਗੀ, ਕਿ ਉਹ ਟਰੇਸ ਹੋਣਗੀਆਂ, ਉਹਨਾਂ ਦੇ ਅਕੋਰਡਿੰਗਲੀ ਫਿਰ ਉਹਨਾਂ ਤੱਕ ਉਹਨਾਂ ਦੇ ਸਮਾਨ ਪਹੁੰਚਾਵਾਂਗੇ। ਮੋਹਿਤ ਜੀ, ਕਿਉਂਕਿ ਪੁੱਛਗਿੱਛ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਕਿ ਇਹ ਆਪਣੇ ਜ਼ਿਲ੍ਹੇ 'ਚ ਕਰਦੇ ਸੀਗੇ ਜਾਂ ਟ੍ਰਾਈਸਿਟੀ ਦੇ ਪਾਰਟ ਦੇ ਵਿੱਚ ਵੀ ਐਕਟਿਵ ਸੀ? ਨਹੀਂ ਜੀ, ਜਿਹੜੇ ਦੋਸ਼ੀ ਸੀਗੇ ਜੀ ਇਹਨਾਂ 'ਚੋਂ ਕੁਝ ਦੋਸ਼ੀ ਮੋਹਾਲੀ ਦੇ ਨੇ, ਕੁਛ ਫਤਿਹਗੜ੍ਹ ਸਾਹਿਬ ਦੇ ਨੇ ਅਤੇ ਕੁਛ ਜਿਹੜੇ ਹੈਗੇ ਨੇ ਰਾਜਪੁਰਾ ਪਟਿਆਲਾ ਤੋਂ ਵੀ ਬਿਲੋਂਗ ਕਰਦੇ ਨੇ। ਸੋ ਇਹ ਵਾਰਦਾਤ ਇਕੱਲੀ ਇੱਥੇ ਨਹੀਂ ਹੈ, ਇਹ ਆਪਣਾ ਮਤਲਬ ਇੱਥੇ ਹੁਣ
ਡਿਊਰਿੰਗ ਇਨਵੈਸਟੀਗੇਸ਼ਨ ਇਹ ਬਾਕੀ ਚੀਜ਼ਾਂ ਕਲੀਅਰ ਹੋਣਗੀਆਂ ਕਿ ਹੋਰ ਕਿੱਥੇ ਕਿੱਥੇ ਇਹਨਾਂ ਨੇ ਕੀਤਾ ਹੈ। ਰਾਦਰ ਜਦੋਂ ਅਸੀਂ ਇਹ ਟਰੇਸ ਕਰਾਂਗੇ ਇਹਨਾਂ ਦੇ ਇੰਜਨ ਚੈਸੀ ਨੰਬਰ ਤੋਂ, ਉਸ ਤੋਂ ਵੀ ਸਾਨੂੰ ਕਲੈਰਿਟੀ ਆਜੂਗੀ ਕਿ ਕਿੱਥੇ ਕਿੱਥੇ ਇਹ ਵਾਰਦਾਤਾਂ ਹੋਈਆਂ। ਕੋਈ ਡਰੱਗ ਐਡਿਕਟ ਵੀ ਹੈਗਾ ਸਾਹਮਣੇ ਆਇਆ ਹਜੇ ਤੱਕ? ਕੋਈ ਡਰੱਗ ਐਡਿਕਟ ਜਿਹੜਾ ਕਿ ਇੱਕ ਦੋਸ਼ੀ ਹੈ ਜਿਹਦੇ ਉੱਤੇ ਡਰੱਗ ਦਾ ਪਰਚਾ ਹੈਗਾ, ਬਟ ਕੋਈ ਇਹੋ ਜਿਹਾ ਐਡਿਕਟ ਵਾਲੀ ਗੱਲ ਨਹੀਂ ਹੈਗੀ। ਤੇ ਕਰਦੇ ਕੀ ਸੀ ਬਾਈਕ ਦਾ, ਅੱਗੇ ਸੇਲ ਕਰਦੇ ਸੀ ਜਾਂ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਤੁਸੀਂ ਜਿਹੜੇ ਹੈਗੇ? ਹਜੇ ਤੱਕ ਜੀ ਸਿਰਫ ਇਹ ਇਹਨਾਂ ਕੋਲੇ ਪਈਆਂ ਗਈਆਂ ਨੇ ਬਾਈਕਸ, ਅੱਗੇ ਅਸੀਂ ਹੋਰ ਵੀ ਕਲੀਅਰ ਕਰ ਰਹੇ ਹਾਂ ਵੀ ਅੱਗੇ ਸੇਲ ਕਰਦੇ ਸੀ ਜਾਂ ਕਿਵੇਂ ਸੀਗਾ। ਜ਼ਿਆਦਾਤਰ ਜਿਹੜਾ ਹੈਗਾ ਇਹਨਾਂ ਦੇ ਵਿੱਚ ਇਨੀਸ਼ੀਅਲ ਪੁੱਛਗਿੱਛ 'ਚ ਇਹ ਕਲੀਅਰ ਹੋਇਆ ਕਿ ਇਹ ਜਿਸ ਤਰ੍ਹਾਂ ਕੋਈ ਬੰਦਾ ਡਾਊਨ ਟਰੋਡਨ ਹੈਗਾ ਜਾਂ ਕੋਈ ਦਿਹਾੜੀ ਵਾਲਾ ਬੰਦਾ ਹੈ ਜਾਂ ਕੁਛ ਹੈ, ਉਹਨੂੰ ਜਿਹੜਾ ਰੇਹੜੀ ਲਾ ਰਿਹਾ ਕੋਈ ਹੈ, ਉਹਨੂੰ ਇਹ ਜਿਹੜਾ ਹੈਗਾ ਸਸਤੇ ਦੇ ਵਿੱਚ ਜਿਹੜਾ ਹੈਗਾ ਵੀ ਆਹ 5-7 ਹਜ਼ਾਰ ਦੇ ਵਿੱਚ ਹੀ ਜਿਹੜਾ ਹੈਗਾ ਜੋ 70-80 ਹਜ਼ਾਰ ਦੀ ਬਾਈਕ ਹੈਗੀ ਹੈ ਉਹ ਫੜਾ ਕੇ ਵੀ ਤਾਂ ਜੋ ਕੋਈ ਕਾਗਜ਼ ਪੱਤਰ ਦਾ ਵੀ ਇਸ਼ੂ ਨਾ ਰਹੇ ਉਹ ਕਰਦੇ ਸੀਗੇ। ਤੋ ਬਾਕੀ ਅਸੀਂ ਜਿਹੜਾ ਹੈਗਾ ਇਹਦੇ ਬਾਰੇ ਹੋਰ ਵੀ ਕਲੈਰਿਟੀ ਲੈ ਰਹੇ ਹਾਂ। ਅਗਰ ਕਿਸੇ ਨੂੰ ਪਰਟੀਕੁਲਰ ਨੂੰ ਮੰਨ ਲਓ ਕੋਈ ਵੇਚਦੇ ਨੇ, ਕੋਈ ਇਹਦੇ ਵਿੱਚ ਹੋਰ ਕੋਈ ਦੁਕਾਨਦਾਰ ਕੋਈ ਇਹੋ ਜਿਹਾ ਕੋਈ ਕਬਾੜੀਆ ਜਾਂ ਕੋਈ ਵੀ ਇਨਵੋਲਵ ਹੈ ਤਾਂ ਅਸੀਂ ਉਹਨੂੰ ਵੀ ਵਿੱਚ ਇੰਟੈਂਗਲ ਕਰਾਂਗੇ ਜੀ। ਤੇ ਬਿਲਕੁਲ ਜਿੱਦਾਂ ਸਾਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਹ ਪੂਰੀ ਵਾਰਦਾਤ ਨੂੰ, ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਜਿਹੜੀ ਬਾਈਕਾਂ ਹੈ, ਕਿਉਂਕਿ ਮੋਸਟਲੀ ਜਿਹੜੀ ਬਾਈਕ ਹੈ ਉਹ ਸਪਲੈਂਡਰ ਬਾਈਕ ਜਿਹੜੀ ਹੈ, ਐਕਟਿਵਾ ਵੀ ਇਹਦੇ ਵਿੱਚ ਹੈਗੀ ਹੈ, ਟੋਟਲ 15 ਜਿਹੜੇ ਵਹੀਕਲਸ ਨੇ ਟੂ ਵੀਲਰ ਉਹ ਰਿਕਵਰ ਕੀਤੇ ਗਏ ਨੇ, ਮੋਬਾਈਲ ਜਿਹੜੇ ਨੇ ਉਹ 12 ਮੋਬਾਈਲ ਜਿਹੜੇ ਸਨੈਚਿੰਗ ਦੇ 12 ਮੋਬਾਈਲ ਰਿਕਵਰ ਕੀਤੇ ਨੇ। ਤੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਜੇ ਕਿ ਰਾਤ ਨੂੰ ਕੋਈ ਜਿਹੜਾ ਬਿਲਕੁਲ ਡਾਰਕ ਪਲੇਸ ਹੈ, ਕੋਈ ਉੱਥੋਂ ਜਾ ਰਿਹਾ ਸਵਿਗੀ ਦਾ ਜੋਮੈਟੋ ਦਾ, ਉਸ ਨੂੰ ਜਿਹੜਾ ਉਹਦੇ ਨਾਲ ਸਨੈਚਿੰਗ ਕਰਕੇ ਉਹਨੂੰ ਕੁੱਟਮਾਰ ਕਰਕੇ, ਹਾਲਾਂਕਿ ਕਹਿ ਸਕਦੇ ਕਿ ਪਿਛਲੇ ਦਿਨ ਇਸ ਤਰ੍ਹਾਂ ਦੀ ਵਾਰਦਾਤਾਂ ਸਾਹਮਣੇ ਆ ਰਹੀ ਸੀ, ਲੇਕਿਨ ਹੁਣ ਇੱਕ ਵੱਡੀ ਰਾਹਤ ਦੀ ਗੱਲ ਹੈ ਕਿ ਇਹ ਜਿਹੜਾ ਗਰੋਹ ਹੈ ਹੁਣ ਇਹ ਕਾਬੂ ਹੋ ਚੁੱਕਾ ਹੈ ਤੇ ਹੋਰ ਵੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਹੁਣ ਕਰਦੀ ਨਜ਼ਰ ਆ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।